ਨਿਊਜ਼ੀਲੈਂਡ ਵਾਸੀ ਅਦਾਕਾਰ ਪ੍ਰੋਡਿਊਸਰ ਮੁਖਤਾਰ ਸਿੰਘ ਵੱਲੋਂ ਅੰਗਰੇਜ਼ੀ 'ਚ ਬਣਾਈ ਗਈ ਸ਼ਾਰਟ ਫਿਲਮ ਫਰੋਗੀ ਵੋਸ਼ ਨੇ ਨੌਰਥ ਅਮਰੀਕਾ 'ਚ ਹੋਏ 5ਵੇਂ ਕੌਂਟੀਨੈਂਟਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੁਕਾਬਲੇ 'ਚ 6 ਅਵਾਰਡ ਜਿੱਤੇ ਨੇ। ਇਸ ਫਿਲਮ ਦੇ ਲਈ ਮੁਖਤਿਆਰ ਸਿੰਘ ਨੂੰ ਸਪੈਸ਼ਲ ਮੈਂਸ਼ਨ ਐਕਟਰ ਅਵਾਰਡ ਦਿੱਤਾ ਗਿਆ ਹੈ। ਉੱਥੇ ਹੀ ਫਿਲਮ ਫਰੋਗੀ ਵੋਸ਼ ਨੂੰ ਬੈਸਟ ਸ਼ਾਰਟ ਥ੍ਰਿਲਰ ਫਿਲਮ ਅਤੇ ਫਿਲਮ ਦੇ ਡਾਇਰੈਕਟਰ ਨੂੰ ਸਪੈਸ਼ਲ ਮੈਂਸ਼ਨ ਡਾਇਰੈਕਟਰ ਅਵਾਰਡ ਦਿੱਤਾ ਗਿਆ ਹੈ। ਮੁਖਤਿਆਰ ਸਿੰਘ ਹੁਣਾਂ ਵੱਲੋਂ ਬਣਾਈ ਗਈ ਸ਼ਾਰਟ ਫਿਲਮ ਨੇ ਅਮਰੀਕਾ 'ਚ ਹੋਏ ਇਹਨਾਂ ਅਵਾਰਡ ਸਮਾਰੋਹ 'ਚ ਬੈਸਟ ਐਡੀਟਿੰਗ, ਬੈਸਟ ਸਿਨੇਮੈਟੋਗ੍ਰਾਫਿਕ ਅਤੇ ਬੈਸਟ ਸਾਊਂਡ ਡਿਜ਼ਾਈਨ ਦਾ ਅਵਾਰਡ ਵੀ ਜਿੱਤਿਆ ਹੈ। ਅਮਰੀਕਾ 'ਚ 6 ਅਵਾਰਡ ਜਿੱਤਣ ਤੋਂ ਬਾਅਦ ਅਦਾਕਾਰ ਡਾਇਰੈਕਟਰ ਮੁਖਤਿਆਰ ਸਿੰਘ ਵੱਲੋਂ ਇਸ ਫਿਲਮ ਨੂੰ ਪਿਆਰ ਦੇਣ ਵਾਲੇ ਜਿੱਥੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਹੈ, ਉੱਥੇ ਹੀ ਉਹਨਾਂ ਨੇ ਦੱਸਿਆ ਕਿ ਜਲਦ ਹੀ ਲੋਕਾਂ ਦੀ ਕਚਹਿਰੀ 'ਚ ਕਰੀਬ 3 ਫਿਲਮਾਂ ਆਉਣ ਵਾਲੇ ਸਮੇਂ 'ਚ ਉਹ ਲੈ ਕੇ ਹਾਜ਼ਰ ਹੋ ਰਹੇ ਨੇ। ਬਿਊਰੋ ਰਿਪੋਰਟ, ਡੇਲੀ ਖਬਰ।